ਤੂੰ ਗੱਭਰੂ ਦੇ ਦਿਲ ਉੱਤੇ ਰਾਜ ਕਰਦੀ। ਸਾਰੀ ਦੁਨੀਆ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੀ ਕਿੰਨੀ ਰੀਟ ਆਈ ਹੈ ਇੱਥੇ। ਇਹਨਾਂ ਦੇ ਦਿਮਾਗਾਂ 'ਚ ਰੀਲਾਂ ਭਰੀਆਂ ਹੋਈਆਂ ਨੇ ਵੀ ਕਿੱਥੇ ਲਿਆ ਲਿਆ, ਕਿਹਨੇ ਕਿਵੇਂ ਮਾਰੀਆਂ ਨੇ ਇਹਨਾਂ ਦੇ। ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਕੌਣ ਕਿੰਨੇ ਕੁ ਪਾਣੀ 'ਚ ਹੈ। ਠੀਕ ਹੈ ਨਾ, ਅਸੀਂ ਦੁਨੀਆਦਾਰੀ ਦੇ ਬੋਰਡ ਤੇ ਜਾਣਾ, ਠੀਕ ਹੈ ਨਾ, ਉਹਦੇ ਮੈਪ ਤੇ ਬਥੇਰੇ ਝੰਡੇ ਗੱਡਣੇ ਆ, ਜੇ ਸਾਨੂੰ ਉਹ ਗੱਡ ਲੈਣ ਦਿਓ, ਆ ਵਿੱਚ ਉਂਗਲਾਂ ਜੀਆਂ ਨਾ ਲਓ, ਠੀਕ ਹੈ ਨਾ। दोस्तों, पंजाबी सिंगर सिद्धू मूसेवाला, जिस दा कि अज दे समें विच कोई तोड़ नहीं है। तो दोस्तों, सिद्धू मूसेवाले बारे दो अपडेट्स लैके तुहाडे सामने हाजिर होए हां। पहली अपडेट है सिद्धू मूसेवाले दे दाऊद गाने बारे, ते दूसरी अपडेट है सिद्धू मूसेवाला ते करण औजला बारे। तो चलो दोस्तों, वधदे हां पहली अपडेट वाल, सिद्धू मूसेवाले दा दाऊद गाना। इस गाने की ऑडियो तो 2018 विच ही आ गई सी, ते इस गाने की सपोर्ट तो बॉलीवुड के सुपरस्टार रणवीर सिंह ने भी की सी, ते इस गाने नूं अपनी गड्डी विच चलाया सी। ते दोस्तों, इसे ही गाने की एक क्लिप सोशल मीडिया ते सामने आई है, ते इह भी कन्फर्म हो गया है कि इस गाने की वीडियो बहुत जल्द ही आ रही है। पीक ते पहुंचना इन्हां दे बस दी गल नहीं। तरीका चेक कर लो, उही पिंडां वाले मुंडे उही पिंडां दे स्कूलां च पढ़े, अजकल सारी दुनिया अगे लाई करदे, उन्हां नूं दबाउणा बहुत औखा। सिद्धू मूसेवाला ते करण औजला। सिद्धू ने अपने 911 ट्रैक्टर अगे लिखिया होया है कोई होर। ते दोस्तों, करण औजला ने हाल ही एक क्लिप शेयर कीती है, ते जिस वीडियो दे ट्रैक्टर अगे लिखिया है हां है गया, ते जो कि करण औजला दे आने वाले गाने दा नाम भी है। ते दोस्तों, इसे ही क्लिप नूं करण औजला ने भी अपने इंस्टाग्राम अकाउंट ते शेयर करदे हुए लिखिया, मेहरबानी वीरे स्वाद लिया था। दोस्तों, असीं भी दोनों सिंगरां दी रिस्पैक्ट करदे हां, पर सिद्धू मूसेवाला ते करण औजला दे पिछले मसलियां नूं देखदे हां, काफी लोकां वल्लों सोशल मीडिया ते यही कहा जा रहा है कि करण औजला ने इस गाने ਵਿੱਚ ਸ਼ਾਇਦ ਸਿੱਧੂ ਮੂਸੇਵਾਲੇ ਨੂੰ ਜਵਾਬ ਦਿੱਤਾ ਹੋਵੇ। ਪਰ ਫਿਲਹਾਲ ਸਿੱਧੂ ਮੂਸੇਵਾਲੇ ਇੱਥੇ ਪੂਰੀ ਤਰ੍ਹਾਂ ਚੁੱਪ ਹੈ, ਕਿਉਂਕਿ ਸਿੱਧੂ ਨੇ ਕਿਹਾ ਸੀ ਕਿ ਕੋਈ ਜਿੰਨਾ ਮਰਜ਼ੀ ਮੇਰੇ ਬਾਰੇ ਬੋਲੇ, ਡਾਇਰੈਕਟ ਵਿੱਚ ਕਹੇ ਚਾਹੇ ਇਨਡਾਇਰੈਕਟ ਵਿੱਚ, ਮੈਂ ਚੁੱਪ ਹੀ ਰਹਾਂਗਾ। ਤੇ ਦੋਸਤੋ, ਦੂਸਰੇ ਪਾਸੇ ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ, ਤਾਂ ਸਿੱਧੂ ਦੇ ਗਾਣੇ ਬਹੁਤ ਜ਼ਿਆਦਾ ਇਕੱਠੇ ਹੋਏ ਹੋਏ ਹਨ, ਤੇ ਇਹਨਾਂ ਗਾਣਿਆਂ ਵਿੱਚੋਂ ਜ਼ਿਆਦਾਤਰ ਗਾਣੇ ਦੂਜੇ ਸਿੰਗਰਾਂ ਤੇ ਰੈਪਰਾਂ ਨਾਲ ਕਲੈਬ ਵਾਲੇ ਹੀ ਹਨ। ਤੇ ਆਉਣ ਵਾਲੇ 2 ਮਹੀਨੇ ਸਿੱਧੂ ਦੇ ਫੈਨਾਂ ਲਈ ਖਾਸ ਹਨ, ਕਿਉਂਕਿ ਇਹਨਾਂ ਮਹੀਨਿਆਂ ਵਿੱਚ ਸਿੱਧੂ ਦੇ ਸਭ ਤੋਂ ਵੱਡੇ ਗਾਣੇ ਗੇਮ ਤੇ ਗੋਟ ਗਾਣੇ ਵੀ ਆ ਰਹੇ ਹਨ। ਤੇ ਦੋਸਤੋ, ਸਿੱਧੂ ਮੂਸੇਵਾਲਾ ਤੇ ਕਰਨ ਔਜਲਾ, ਸਿੱਧੂ ਦਾ ਚੁੱਪ ਹੈ, ਪਰ ਕਰਨ ਔਜਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਿੱਧੂ ਨੂੰ ਰਿਪਲਾਈ ਦੱਸੀ ਜਾ ਰਹੀ ਹੈ। ਇੱਥੇ ਕੁਝ ਕੁ ਵਿਦਵਾਨ ਕਹਿਣਗੇ ਕਿ ਅਸੀਂ ਸਿੱਧੂ ਤੇ ਕਰਨ ਔਜਲੇ ਦੀ ਲੜਵਾਈ ਕਰਵਾ ਰਹੇ ਹਾਂ, ਪਰ ਵੀਰ, ਕਰੀਅਰ ਦੇ ਸਟਾਰਟਿੰਗ ਵੇਲੇ ਸਿੱਧੂ ਤੇ ਕਰਨ ਔਜਲਾ ਦੇ ਰਿਪਲਾਈ ਵਾਲੇ ਗਾਣੇ ਅਸੀਂ ਨਹੀਂ ਲੈ ਕੇ ਦਿੱਤੇ ਸਨ। ਬਾਕੀ ਅਸੀਂ ਦੋਨਾਂ ਹੀ ਸਿੰਗਰਾਂ ਦੀ ਰਿਸਪੈਕਟ ਕਰਦੇ ਹਾਂ, ਪਰ ਕਰਨ ਔਜਲਾ ਦਾ ਇਹ ਗਾਣਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਸਿੱਧੂ ਇੱਥੇ ਚੁੱਪ ਹੀ ਰਹੇਗਾ, ਕਿਉਂਕਿ ਸਿੱਧੂ ਨੇ ਆਪਣੇ ਲਾਸਟ ਲਾਈਵ ਸ਼ੋਅ ਵਿੱਚ ਇਹੀ ਗੱਲ ਕਹੀ ਸੀ ਕਿ ਮੈਂ ਹੁਣ ਕਿਸੇ ਨੂੰ ਰਿਪਲਾਈ ਨਹੀਂ ਕਰਾਂਗਾ। ਤੇ ਦੋਸਤੋ, ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਹੋ, ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।